ਕੀ ਕਰਦੀ ਆ ਪੁੱਤ? ਕੁਛ ਨਹੀਂ ਮੰਮੀ, ਫੋਨ ਜਾਂ ਦੇਖੀ ਜਾਂਦੀ ਸੀ। ਥੋੜ੍ਹਾ ਜਿਹਾ ਕੰਮ ਪਿਆ ਸੀ, ਮੈਂ ਕਿਹਾ ਆਪਾਂ ਰਲ ਮਿਲ ਕੇ ਜੇ ਕਰ ਲੈਂਦੀਆਂ। ਕੰਮ ਕਿਹੜਾ ਰਹਿ ਗਿਆ ਮੰਮੀ ਹੁਣ, ਸਾਰੇ ਤਾਂ ਕਰਤੇ ਤੁਸੀਂ ਨੇ। ਥੋੜ੍ਹਾ ਜਿਹਾ ਰਹਿੰਦਾ ਪੁੱਤ, ਮੈਥੋਂ ਨਾ ਅੱਜ ਹੁੰਦਾ ਨੀਗਾ ਜੇ ਕੀ ਰਹਿ ਗਿਆ ਹੁਣ? ਅੰਦਰੋਂ ਤਾਂ ਸਮਰਾ ਸਮਰਾ ਜੀ ਪੈਂਦੀ। ਅੰਦਰੋਂ ਰਹਿੰਦਾ ਹਲੇ? ਹੋਰ ਰਹਿੰਦਾ ਗਾ ਹਜੇ। ਆਹ ਕੀ ਕਰੀ ਜਾਂਦੇ ਸੀ ਤੁਸੀਂ ਅੰਦਰ? ਕਰਕੇ ਆਈਆਂ, ਮੈਂ ਤਾਂ ਟੂਈ ਵਾਲੀ ਦੁਖੀ ਜਾਂਦੀ ਸੀ। ਫਿਰ ਰੈਸਟ ਕਰ ਲਿਓ, ਇੰਨੇ ਫਿਰ ਕਰ ਲਿਓ। ਓਹੋ ਹੋਰ ਜੱਸੀ ਪੁੱਤ, ਤੂੰ ਲੱਗ ਜਾਂਦੀ ਮੇਰੇ ਨਾਲ। ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਤੋਂ ਨਹੀਂ ਬਣਦਾ ਕੰਮ, ਮੈਂ ਕਿੱਦੇ ਨਾਲੇ ਕੰਮ ਕੀਤਾ ਤੁਸੀਂ ਇਹ ਕਰਦੇ ਹੋ। ਚੱਲ ਕੋਈ ਨਾ, ਕਦੇ ਨਹੀਂ ਕੀਤਾ, ਅੱਜ ਕਰ ਲੈ। ਮੰਮੀ ਮੇਰਾ ਤਾਂ ਸਿਰ ਜਾ ਦੁਖੀ ਜਾਂਦਾ ਸੀ, ਮੈਥੋਂ ਨਹੀਂ ਹੁੰਦਾ। ਪੁੱਤ ਸਿਰ ਤਾਂ ਤੇਰਾ ਰੋਜ਼ ਹੀ ਦੁਖਦਾ ਗਾ। ਮੈਂ ਕਦੋਂ ਕਿਹਾ ਤੈਨੂੰ ਅੱਗੇ ਕੰਮ ਨੂੰ? ਆਪਾਂ ਸੁਖਣੀ ਸਾਹਿਬ ਦਾ ਪਾਠ ਕਰਾਉਣਾ ਗਾ, ਮੈਨੂੰ ਆਇਆ ਵੀ ਰਲ ਮਿਲ ਕੇ ਆਪਾਂ ਕੰਮ ਨਿਬੇੜ ਲਈਏ, ਤਾਂ ਕਹਿੰਦੀ ਸੀ ਮੈਂ। ਸੁਖਣੀ ਸਾਹਿਬ ਦਾ ਪਾਠ ਕਰਾਉਣਾ ਮੰਮੀ ਆਪਾਂ ਨੇ? ਅਤੇ ਹੋਰ ਤੈਨੂੰ ਪਤਾ ਕਦੋਂ ਕਰਾਉਣਾ? ਲੱਤਰਾ ਲਾਂਗੇ ਇੱਕ ਅੱਧੇ ਦਿਨ 'ਚ, ਸਫਾਈ ਤਾਂ ਕਰ ਲਈਏ ਪਹਿਲਾਂ। ਸਫਾਈ ਤਾਂ ਫਿਰ ਐਂ ਕਰੋ ਤੁਸੀਂ, ਕਿਸੇ ਨੂੰ ਲਾ ਲਓ, 100-200 ਰੁਪਏ ਦੇ ਦਾਂਗੇ, ਮੇਥੋਂ ਕਿੱਥੇ ਇੰਨੀ ਸਫਾਈ ਹੋਊਗੀ? ਲੈ ਕਮਲੀ ਹੋਈ ਆ, ਜਿਹੜਾ 100-200 ਉਹਨੂੰ ਦੇਵਾਂਗੇ, ਉਹੀ ਘਰੇ ਕੰਮ ਆਊਗਾ। ਤੂੰ ਕਿਹੜਾ ਕੋਈ ਬੁੱਢੀ ਠੇਰੀ ਹੈਗੀ? ਐਂ ਕਰੋ ਫਿਰ, ਤੁਸੀਂ ਰੱਖ ਲਿਓ 100-200 ਜਿਹੜਾ ਉਹ ਕਰੋਗੇ ਨਾ ਦਿਓ, ਤੁਸੀਂ ਕਰ ਲਓ ਸਫਾਈ ਫਿਰ। ਮੇਥੋਂ ਤਾਂ ਨਹੀਂ ਹੁੰਦੀ ਹੈਗੀ ਸਫਾਈ ਸਫੂਈ, ਇੰਨੀ ਇੰਨੀ ਕਿੱਥੇ ਸਫਾਈ ਕਰੂੰਗੀ ਮੈਂ ਹੁਣ? ਕੁੜੇ ਜੇ ਤਾਂ ਹੁਣੇ ਹੀ ਨਹੀਂ ਹੁੰਦੀ ਸਫਾਈ, ਬੁੜੀ ਹੋਈ ਕੀ ਕਰੇਂਗੀ? ਬੁੜੀ ਹੋਊਗੀ ਜਦੋਂ ਦੇਖੀ ਜਾਊਗੀ ਮੰਮੀ। ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿੱਦੇ ਕੰਮ ਕੀਤਾ, ਮੇਰੀ ਭਾਬੀ ਤਾਂ ਮੈਨੂੰ ਇੰਨਾ ਉਹ ਰੱਖਦੀ ਸੀ, ਉਹਨੇ ਨਹੀਂ ਮੇਥੋਂ ਕੰਮ ਕੁੰਮ ਕਰਵਾਇਆ ਪਈ ਕਦੇ। ਭਾਬੀ ਉੱਥੇ ਰੱਖਦੀ ਸੀ, ਸਹੁਰਿਆਂ ਚ ਨਹੀਂ ਉੱਥੇ ਵੀ ਰੱਖਦੀ ਸੀ, ਬਈ ਮੈਂ ਤੋਰੇ ਵੀ ਆਈ ਰਹੂੰਗੀ, ਮੈਥੋਂ ਨੀ ਕੰਮ ਕੁੰਮ ਹੁੰਦਾ ਹੈਗਾ ਦੇਖ, ਮੇਰਾ ਤਾਂ ਸਿਰ ਇੰਨਾ ਫੁੱਟੀ ਜਾਂਦਾ। ਤੇਰੀ ਭਾਬੀ ਤਾਂ ਕਹਿੰਦੀ ਸੀ ਇੰਨਾ ਕੰਮ ਕਰਦੀ ਆ, ਦੇਸਾਂ ਦਾ ਸਾਰਾ ਕੰਮ ਕਰਦੀ ਸੀ ਘਰ ਦਾ, ਕਿਸੇ ਗੱਲੋਂ ਕਹਾਉਂਦੀ ਨੀ। ਭਾਬੀ ਨੇ ਕਦੋਂ ਕਹਿਤਾ? ਮੈਨੂੰ ਤਾਂ ਕਦੇ ਕਿਹਾ ਨੀ ਭਾਬੀ ਨੇ, ਉਹ ਤਾਂ ਮੈਨੂੰ ਇੰਨਾ ਪਿਆਰ ਕਰਦੀ ਸੀ। ਆ ਫਿਰ ਉਹ ਕਹਿੰਦੀ ਸੀ ਉਹ ਸਾਡੀ ਕੁੜੀ ਕੰਮ ਹੀ ਆ ਪੂਰੀ। ਉਹ ਤਾਂ ਭਾਬੀ ਨੂੰ ਹੀ ਕਹਿਤਾ ਹੋਣਾ ਤੈਨੂੰ ਵੜਿਆਉਣ ਦੀ ਮਾਰੀ ਨੇ। ਚੱਲ ਕੋਈ ਨਹੀਂ, ਤਾਂ ਕਹਿੰਦੀ ਹੁੰਦੇ ਨੇ ਦੇਖ, ਉੱਠ ਕੇ ਤੂੰ ਮੇਰੇ ਨਾਲ ਕੰਮ ਕਰਾ। ਮੈਥੋਂ ਨੀ ਮੰਮੀ ਹੁੰਦਾ, ਮੇਰਾ ਤਾਂ ਸਿਰ ਫੁੱਟੀ ਜਾਂਦਾ ਭਾਈ, ਜੇ ਤਾਂ ਕਰਨਾ ਕਰ ਲੈ ਮੰਮੀ, ਨਹੀਂ ਤੂੰ ਵੀ ਭੈ ਜਾ, ਫੇਰ ਕਰ ਲਾਂਗੇ। ਜਬ ਹੱਦ ਹੀ ਟਪਾਤੀ ਹੈ, ਜਮੀ ਮਾੜੀ ਮੋਟੀ ਵੀ ਨਹੀਂ ਸ਼ਰਮ ਮੰਨਦੀ ਹੈ? ਚੰਗਾ ਮੇਰਾ ਤਾਂ ਸਿਰ ਜਾ ਦੁਖੀ ਜਾਂਦਾ ਸੀ ਪੈਨੀ ਆ। ਮਸਾਂ ਦਿਨ ਆਇਆ ਗਾ ਹੈ ਸੁੱਖ ਨਾਲ, ਤੇ ਤੂੰ ਨੰਨੇ ਪਾਈ ਜਾਂਦੀ ਆ। ਜਾਂ ਤਾਂ ਤੂੰ ਕਰ ਲੈ ਮੰਮੀ, ਮੈਂ ਤੈਨੂੰ ਕਹਿਤਾ, ਜਾਂ 100-200 ਰੁਪਏ ਦੇ ਦਾਂਗੇ ਕਿਸੇ ਤੋਂ ਕਰਵਾ ਲਾਂਗੇ। ਤੇਰੇ ਕੋਲ ਹੈਗੇ ਪੈਸੇ? ਬਾਹਰ ਤਾਂ ਮੈਥੋਂ ਬੋਲਿਆ ਨਹੀਂ ਜਾਂਦਾ ਦੇਖ ਹੁਣ। ਆਹੋ ਤੇ ਇੱਥੋਂ ਕਾਹਨੂੰ ਬੋਲਿਆ ਜਾਂਦਾ ਗਾ? ਮਹਾਰਾਣੀ ਤੋਂ, ਮਹਾਰਾਣੀ ਤੂੰ ਕਿੱਥੇ ਛੱਡੀਆਂ ਮੈਂ, ਉਹਦੀ ਆ ਕੇ ਬਹਿ ਜਾਂਦੀ ਆ, ਸਰਾਣੇ ਕੰਮ ਕਰਾ ਦੇ ਕੰਮ ਕਰਾ ਦੇ, ਮੈਥੋਂ ਕਿੱਥੇ ਹੁੰਦਾ ਕੰਮ, ਪੈਣ ਵੀ ਨਹੀਂ ਦਿੰਦੀ ਦੋ ਘੜੀ। ਉਹ ਪੁੱਤ, ਉਹ ਕੁੜੀਏ। ਹਾਂ ਡੈਡੀ। ਉੱਠ ਖੜਾ ਹੋ ਪੁੱਤ, ਸਿਰ ਬਣ ਕੇ ਕਰਾਂ। ਆਏ ਹਾਏ, ਸਿਰ ਜਾ ਦੁਖੀ ਜਾਂਦਾ ਸੀ ਡੈਡੀ। ਸਿਰ ਦੁਖਦਾ ਸੀ, ਕੋਈ ਗੋਲੀ ਗਾਲੀ ਲੈ ਲੈਣੀ ਸੀ ਪੁੱਤ? ਗੋਲੀ ਤਾਂ ਮੈਂ ਲਈ ਨਹੀਂ ਕਦੇ, ਸਿਰ ਜਾ ਵਾਲਾ ਫੁੱਟੀ ਜਾਂਦਾ ਸੀ। ਚੱਲ ਕੋਈ, ਤੁਸੀਂ ਕਿੱਧਰੋਂ ਆਏ ਸੀ? ਖੇਤ ਜਾ ਕੇ ਆਇਆ ਸੀ ਮੈਂ ਤਾਂ। ਅੱਛਾ, ਖੇਤ ਗਏ? ਸਿਰ ਜਾ ਤਾਂ ਮੇਰਾ ਵੀ ਦੁਖੀ ਜਾਂਦਾ ਸੀ। ਚਾਹ ਕਰ ਲੈ ਪੁੱਤ, ਬਣ ਕੇ ਘੁੱਟ ਕ। ਚਾਹ? ਹੋਰ ਮੰਮੀ। ਉਹ ਪੁੱਤ ਤੂੰ ਬਣਾ ਲੈਣੀ ਸੀ ਚਾਹ, ਉਹ ਕਿਹੜਾ ਨੇਕੜੂ ਬਣਾ ਕੇ ਦਿਓ, ਉਹਦੀ ਪੀਂਕ ਤੇ ਕੌਫੀ ਬਣੀ ਇੱਥੇ। ਡੈਡੀ ਮੈਨੂੰ ਕਿੱਥੇ ਆਉਂਦੀ ਹੈ ਚਾਹ ਬਣਾਉਣੀ, ਨਾ ਮੈਂ ਤੁਹਾਨੂੰ ਪਹਿਲਾਂ ਕਿਤੇ ਚਾਹ ਬਣਾ ਕੇ ਦਿੱਤੀ ਹੈ? ਚਾਹ ਬਣਾਉਣ ਨੂੰ ਕੀ ਵੈਦ ਪੜੀ ਦੇ ਪੁੱਤ ਚਾਹ ਤੇ? ਡੈਡੀ ਮੈਨੂੰ ਕਿੱਥੇ ਆਉਂਦੀ ਹੈ ਚਾਹ ਬਣਾਉਣੀ, ਮੈਨੂੰ ਤਾਂ ਹੀ ਨਹੀਂ ਪਤਾ ਹੈਗਾ ਕੀ ਪੈਂਦਾ ਹੁੰਦਾ, ਮੂੰਹ ਨਾ ਚੱਕ ਕੇ ਲੂਣ ਮਿਰਚ ਠੋਕਾਂ। ਸਰਫ ਸੋਡਾ ਪੈਂਦਾ ਹੁੰਦਾ,
ਕਮਲੀਏ ਕੁੜੀਏ ਤੈਨੂੰ ਐ ਨੀ ਪਤਾ ਵੀ ਚਾਹ ਚ ਚਾਹ ਹੀ ਪਊਗੀ ਹੋਰ ਕੀ ਪਊਗੀ। ਡੈਡੀ ਜੇ ਮੈਂ ਬਣਾਈ ਹੋਵੇ ਫਿਰ ਤਾਂ ਮੈਂ ਪਾਵਾਂ ਵੀ ਮੈਨੂੰ ਕੀ ਹਿਸਾਬ ਹੈ ਹੁਣ ਕਿੰਨੀ ਕਿੰਨਾ ਕੁਛ ਪਊਗਾ। ਕਮਾਲ ਦੀ ਗੱਲ। ਪਰਜਾ ਮੰਮੀ ਕਿੱਧਰ ਹੋ ਗਈ? ਮੰਮੀ ਆ ਗਈ। ਮੰਮੀ ਆ ਡੈਡੀ ਵੀ ਖੇਤੋਂ ਆਏ ਨੇ ਤੇ ਮੇਰਾ ਵੀ ਸਰਜਾ ਦੁਖੀ ਜਾਂਦਾ ਸੀ ਬਾਲਾ। ਅੱਛਾ ਚਾਹ ਬਣਾ ਦੋ। ਤੇ ਤੂੰ ਬਣਾ ਲੈ ਖੜੀ ਹੋ ਕੇ। ਦੇਖੀ ਮੈਨੂੰ ਕਹਿ ਦਿੰਦੇ ਨੇ ਮੰਮੀ ਮੈਂ ਕਿੱਦੇ ਚਾਹ ਬਣਾਈ ਹੈ ਪਹਿਲਾਂ ਬਣਾਈਏ ਕਦੇ ਮੇਰੇ ਸਮਝਾ ਦੋ। ਮੈਂ ਤਾਂ ਵਿਆਹ ਕੀਤਾ ਸੀ ਸੁੱਖ ਖਾਤਰ ਵੀ ਮੇਰੇ ਗਿੱਟੇ ਗੋਡੇ ਦੁਖਦੇ ਆ ਮੈਥੋਂ ਤੁਰਿਆ ਫਿਰਿਆ ਨਹੀਂ ਜਾਂਦਾ। ਇਹ ਤਾਂ ਹੋਰ ਹੀ ਛਾਪਾ ਸਿਹੜ ਲਿਆ। ਇਹ ਤਾਂ ਨਾ ਤਾਂ ਚਾਹ ਬਣਾਉਂਦੀ ਹੈ ਇਹਨੂੰ ਕਹਿੰਦੀ ਮੇਰੇ ਕੁਛ ਨਹੀਂ ਕਰਨਾ। ਮੇਰੇ ਭਾਬੀ ਨੇ ਸਿਖਾਇਆ ਹੀ ਨਹੀਂ ਮੈਨੂੰ ਚਾਹ ਬਣਾਉਣਾ। ਚੱਲ ਕੋਈ ਨਾ ਹੁਣ ਤੇਰੀ ਮਾਂ ਸਿਖਾ ਦੂ। ਚੱਲ ਕੋਈ ਨਾ ਤੂੰ ਬਣਾ ਲਾ। ਚੱਲ ਅੱਜ ਤਾਂ ਬਣਾ ਲਾ ਫਿਰ ਸਿੱਖ ਜੂ ਕਦੇ। ਅੱਜ ਮੇਰਾ ਸਿਰ ਵਾਲਾ ਫੁੱਟੀ ਜਾਂਦਾ ਹੈ। ਸੁਖਮਣੀ ਸਾਹਿਬ ਦਾ ਪਾਠ ਕਰਾਉਣਾ ਮੈਂ ਆਖਿਆ ਵੀ ਭਾਈ ਅੰਦਰ ਮੇਰੇ ਨਾਲ ਸਫਾਈ ਕਰਾ ਦੇ। ਕਹਿੰਦੀ ਕਿ ਮੈਥੋਂ ਨਹੀਂ ਹੁੰਦੀ ਕੋਈ ਕੰਮ ਵਾਲੀ ਲਾ ਲੈ। ਦੱਸ ਭਾਈ ਆਪਾਂ ਡੈਡੀ ਮੇਰੀ ਗੱਲ ਸੁਣੋ ਪਹਿਲਾਂ ਮੈਂ ਕਦੇ ਕੰਮ ਕਰਿਆ ਹੈ? ਚੱਲ ਪੁੱਤ ਹੌਲੀ ਹੌਲੀ ਕਰੂੰਗੀ ਕਰਨਾ ਤਾਂ ਪਊਗਾ ਹੌਲੀ ਹੌਲੀ ਲੱਗ ਰਿਹਾ ਚੱਲ ਕੋਈ ਨਹੀਂ ਮੈਂ ਕਰਾ ਲੈਣਾ ਭਾਈ। ਨਹੀਂ ਤੇਰਾ ਮੂੰਹ ਦੇਖਣਾ ਸੀ ਉਹ ਤਾਂ ਪਹਿਲਾਂ ਪੁੱਛਣਾ ਸੀ ਮੰਮੀ ਤੁਸੀਂ ਨੇ ਮੈਂ ਕਰਾ ਦੂੰ ਤੇਰੇ ਨਾਲ ਹੌਲੀ ਹੌਲੀ ਸਿੱਖ ਜੂ ਉਹਨੂੰ ਸਿਖਿਆ ਲਾ। ਆਹੋ ਸਾਲ ਦੋ ਸਾਲਾਂ 'ਚ ਮੈਂ ਸਿੱਖ ਜੂੰਗੀ ਹੌਲੀ ਹੌਲੀ। ਹੁਣ ਇੱਕੋ ਲੱਗ ਤਾਂ ਨਹੀਂ ਕਰਨੇ ਹਜੇ ਤੇਰੇ ਦੋਧੇ ਦੰਦ ਨਹੀਂ ਟੁੱਟੇ ਬੰਦਾਂ ਦੇ ਕਰਦੀ ਆਗੀ। ਜਾਏ ਕਰ ਮੰਮੀ ਬਣ ਕੇ ਚਾਹ ਬਣਾ ਲਿਆ ਮੈਂ ਕਰ ਡੀ ਜੀ ਬਣਾ ਲਈ ਨਾਲੇ ਮੇਰਾ ਸਿਰ ਦਾ ਬੜਾ ਟੁੱਟ ਗਿਆ। ਮੇਰਾ ਤਾਂ ਸਿਰ ਹਟਾਉਣ ਚਾਹ ਬਣਾਉਣੀ ਸੀ ਸਮਗਾ ਦੋ ਲੱਗ ਗਈਆਂ ਕਿਉਂ ਤੇਰੇ ਤੁਸੀਂ ਮੰਮੀ ਨੂੰ ਕਹਿ ਦਿੰਦੇ ਮੈਨੂੰ ਕਿਉਂ ਕਿਹਾ ਸੀ ਮੈਂ ਤਾਂ ਪਈ ਸੀ ਰਾਮ ਨਾਲ ਆ ਉਹ ਮੈਨੂੰ ਵੀ ਪਤਾ ਨਹੀਂ ਕੁਛ ਆ ਕੇ ਜਾਂਦੀ ਹੈ ਕਰਾਂਗੇ ਮੈਨੂੰ ਪਤਾ ਤੂੰ ਜਮਾ ਬਿੱਜੂ ਆ ਤੈਨੂੰ ਚਾਹ ਬਣਾਉਣੀ ਵੀ ਨਹੀਂ ਆਉਂਦੀ। ਤੇਰੀ ਮਾਂ ਨੇ ਜਾਂ ਤੇਰੀ ਭਰਜਾਈ ਨੇ ਤੈਨੂੰ ਸਿਖਾਇਆ ਹੀ ਨਹੀਂ ਕੁਛ ਹੌਲੀ ਹੌਲੀ ਸਿੱਖ ਜਾ ਚਾਹ ਹੁਣ ਆਪਦੀ ਮਾਂ ਤੋਂ ਇੱਥੋਂ ਸਿੱਖ ਜੂੰਗੀ ਹੌਲੀ ਹੌਲੀ। ਭਾਬੀ ਨੇ ਮੈਨੂੰ ਲਾਡਲੀ ਰੱਖਿਆ ਸੀ ਬਾਲਾ ਉਹ ਇੰਨਾ ਲਾਡਲਾ ਥੋੜੋ ਹੁੰਦਾ ਵੀ ਜਿਹਨੂੰ ਚਾਹ ਵੀ ਨਾ ਬਣਾਉਣੀ ਹੋਵੇ ਭਾਈ। ਡੈਡੀ ਸਾਡੇ ਦੋ ਤਾਂ ਟੋਟ ਨਹੀਂ ਸੀ ਉੱਥੇ ਭਾਬੀ ਆਪੇ ਕਰ ਲੈਂਦੀ ਸੀ ਕੰਮ ਮੈਨੂੰ ਤਾਂ ਵਿਚਾਰੀ ਨੇ ਲਾਇਆ ਹੀ ਨਹੀਂ ਇੰਨਾ ਪਿਆਰ ਕਰਦੀ ਸੀ ਮੈਨੂੰ ਤਾਂ ਉਹ। ਉਹ ਭਾਈ ਮੇਰੀ ਗੱਲ ਸੁਣੋ ਫਿਰ ਉਹੀ ਗੱਲ ਆ ਗਈ ਇੱਥੇ ਕਿਹੜਾ ਗੁੱਲੂ ਕਲਾ ਨਾ ਚਾਰ ਜਾਣੇ ਆਪਾਂ ਹੈਗੇ ਹਾਂ ਨਾਲੇ ਹੁਣ ਤੂੰ ਚਾਹ ਬਣਾਉਣੀ ਸਿੱਖਣੀ ਆ ਕੋਈ ਪੀ ਐੱਚ ਡੀ ਤਾਂ ਕਰਨੀ ਨਹੀਂ ਇੱਕ ਸਾਲ ਹੋ ਗਿਆ ਹੁਣ ਤੈਨੂੰ ਹਜੇ ਚਾਹ ਬਣਾਉਣੀ ਨਹੀਂ ਆਈ ਪੁੱਤ ਮੇਰਿਆ। ਲੈ ਐਂ ਤਾਂ ਡੈਡੀ ਮੈਨੂੰ 24-25 ਸਾਲਾਂ ਦੀ ਹੋ ਕੇ ਆਈਆਂ ਦੇਖ ਲੈ ਉਰੇ ਉੱਥੇ ਨਹੀਂ ਮੈਂ 24-25 ਸਾਲ ਹੋ ਕੇ ਸਿੱਖੀ ਹੈਗੀ ਹੁਣ ਉਰੇ 1 ਸਾਲ 'ਚ ਸਿੱਖੋ ਜੂੰਗੀ ਹੌਲੀ ਹੌਲੀ ਕੀ ਤੁਹਾਨੂੰ ਮਾਂਗਰ ਪੈ ਰਿਹਾ ਕੋਈ? ਚੱਲ ਕੋਈ ਨਾ ਭਾਈ ਸਿੱਖ ਲਾ ਹੌਲੀ ਹੌਲੀ ਮੈਂ ਤੁਸੀਂ ਤਾਂ ਮੇਰਾ ਲਹੂ ਪੀ ਛੱਡਿਆ ਡੈਡੀ ਕੰਮ ਉਹ ਕੰਮ ਭਾਈ ਕਿੰਨਾ ਕੁ ਕੰਮ ਹੈਗਾ ਮੈਨੂੰ ਐਂ ਦੱਸ ਫਿਰ ਕਰ ਲਿਆ ਕਰੂ ਡੈਡੀ ਹੌਲੀ ਹੌਲੀ ਸਿੱਖਦਾ ਬੰਦਾ ਹੌਲੀ ਹੌਲੀ ਹੁਣ ਥੋੜਾ ਹੁੰਦਾ ਪੁੱਤ ਹੁਣ 1 ਸਾਲ ਹੋ ਗਿਆ ਤੈਨੂੰ ਹਜੇ ਚਾਹ ਬਣਾਉਣੀ ਨਹੀਂ ਆਈ ਹੋਰ ਕੰਮ ਦਾ ਪਤਾ ਨਹੀਂ ਕਦੋਂ ਸਿੱਖੇਗੀ। ਚਾਹ ਕਿਹੜਾ ਡੈਡੀ ਤੁਸੀਂ ਥੋੜੀ ਪੀਨੇ ਹੋ ਐਨੇ ਨੇ ਪੀਨੇ ਹੋ ਕੋਲੇ ਭਰ ਭਰ ਕੇ ਐਨੀ ਕੌਣ ਕਰੇ ਤੁਹਾਡੇ ਵਾਸਤੇ ਦੇਗਾ ਬਾਲਣਾ ਪਊਗਾ ਫਿਰ ਤੂੰ ਦੇਗਾ ਹੀ ਬਾਲ ਲਿਆ ਕਰੀ ਸਿੱਖ ਤਾਂ ਜਾ ਸਿੱਖ ਜੂੰਗੀ। ਲੈ ਮੰਮੀ ਆਈ ਨਹੀਂ ਹੈਗੀ ਹਲੇ ਚਾਹ ਬਣਾ ਕੇ ਇੰਨਾ ਟਾਈਮ ਹੁੰਦਾ ਹੈ ਬੈਠੀ ਕਿਹੜਾ ਲਿਆ ਕੇ ਦਊ ਜੇਲੂ ਆਪਾਂ ਨੂੰ ਇਹ ਤੁਸੀਂ ਤਾਂ ਦਿਮਾਗ ਖਰਾਬ ਕਰਤਾ ਭਾਈ ਮੇਰਾ ਤੇਰੇ ਵਰਗੀ ਉਹ ਆ ਗਈ ਪਹਿਲਾਂ ਮੈਨੂੰ ਐ ਸੀ ਉਹ ਤਾਂ ਜਿਹੇ ਜੀ ਹੈਗੀ ਤਾਂ ਨੂੰਹ ਆਊਗੀ ਸੁੱਖ ਦੇਊਗੀ ਤੂੰ ਜਮੀ ਉਹਦੇ ਨਾਲ ਵੀ ਵਧੀਆ ਮੈਂ ਤਾਂ ਉਹਦੇ ਨਾਲ ਹਾਂ। ਉਹ ਭਾਈ ਵਧੀਆ ਤਾਂ ਹੈਗਾ ਆਪੇ ਮੈਨੂੰ ਸਿਆਪੇ ਛੇੜ ਕੇ ਆਪ ਹੈਪੀ ਵਗ ਗਿਆ ਬਾਹਰ ਤੁਰੇ ਫਿਰੋ ਇੱਥੇ ਮਾਰੀ ਚੱਲੋ ਮੱਥਾ ਇੱਕ ਸੀ ਹੁਣ ਦੋ ਹੋ ਗਏ। ਲੈ ਇੱਕ ਗਲਾਸ ਮੈਨੂੰ ਨਹੀਂ ਲਿਆਂਦਾ ਤੇਰੇ ਉਹ ਲਿਆ ਦਿੰਦੀ ਜਵਾਕੜੀ ਨੂੰ ਚਾਹ ਚੁੱਲਾ ਪੁੱਤਾ ਪੀ ਲੈ ਮੈਂ ਨਹੀਂ ਪੀਂਦੀ ਹੁਣ ਨਾ 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 ਕਿੰਨੀ ਜਮਾ ਬਣੀ ਦੀ ਗੱਲ ਹੈ ਜਰਾ ਆਪਦੀ ਆ ਹੁਣ ਦਰਿਆਵਤਾਂ ਚੱਲਦੇ ਆਉਂਦੀਆਂ ਨੇ ਘਰਾਂ ਚ ਇਹਦਾ ਤਾਂ ਰੋਜ਼ ਹੀ ਇਹੀ ਕੰਮ ਹੈਗਾ ਰੋਜ਼ ਹੀ ਆ ਜੇ ਤਾਂ ਕੰਜਰ ਉੱਥੇ ਨਿਕਲ ਗਿਆ ਗਲਗਲਾਵਾ ਪਾ ਗਿਆ ਮੇਰੇ ਤੂੰ ਮਾਂ ਬਣ ਕੇ ਸੁਣਾ ਇਹਨੂੰ ਸਿਖਿਆ ਸਮਗਾ
ਲੋਕ ਇੱਥੇ ਸਬੀਨਾ ਲਾਈ ਜਾਂਦੇ, ਤੂੰ ਆਪਦੀ ਨੂੰਹ ਨੂੰ ਚਾਹ ਦੀ ਘੁੱਟ ਨੀ ਫੜਾ ਸਕਦੀ। ਦੇਖ ਨਾਲੇ ਮੇਰਾ ਸਿਰ ਦੁਖੀ ਜਾਂਦਾ ਸੀ ਤਾਂ ਬੁਲਾਇਆ ਸੀ ਤੈਨੂੰ ਮੈਂ ਉਰੇ, ਵੀ ਮੇਰਾ ਸਿਰ ਦੁਖੀ ਜਾਂਦਾ। ਚੱਲ ਮੈਂ ਵੀ ਨੀ ਪੀਂਦਾ, ਚੱਕ ਲਾ ਆਪਦੀ ਝੋਲ ਸਲਾ ਜਾ ਪੀ ਲੈ ਤੂੰ ਹੀ ਮੰਮੀ, ਕਿੰਨੀ ਖਰਾਬ ਨਿਕਲੀ ਨੀ ਤੂੰ, ਪੀ ਲੈ ਦੇਖ ਲੈ ਮੰਮੀ। ਹਾਂ ਕਿਵੇਂ ਪੈ ਗਈ? ਮੈਨੂੰ ਤਾਂ ਲੱਗਦਾ ਬੁਖਾਰ ਜਿਹਾ ਹੋ ਰਿਹਾ ਮੈਨੂੰ। ਬੁਖਾਰ ਨਾ, ਬੁਖਾਰ ਕਿੱਥੇ ਸਾਨੂੰ? ਨਾ ਨਾ ਮੈਂ ਤਾਂ ਬਾਲੀ ਸਿਰ ਬਾਲਾ ਦੁਖੀ ਜਾਂਦਾ। ਰੋਟੀ ਤਾਂ ਪਕਾ ਲਓ, ਮੈਨੂੰ ਤਾਂ ਭੁੱਖ ਲੱਗ ਰਹੀ ਸੀ ਇੰਨੀ। ਤੂੰ ਐਂ ਕਰ ਮੇਰੇ ਵਾਸਤੇ ਖਿਚੜੀ ਬਣਾ ਦੇ, ਤੇਰੇ ਬਾਪੂ ਵਾਸਤੇ ਰੋਟੀ ਲਾ ਦੇ। ਖਿਚੜੀ? ਹਾਂ ਮੈਨੂੰ ਕਿੱਥੇ ਖਿਚੜੀ ਆਉਂਦੀ ਹੈ ਬਣਾਉਣੀ, ਨਾ ਮੈਨੂੰ ਰੋਟੀ ਬਣਾਉਣੀ ਆਵੇ। ਨਹੀਂ ਬਾ ਭੁੱਖ ਲੱਗੀ ਪਈ ਹੈ ਮੈਨੂੰ ਤਾਂ ਇੰਨੀ। ਰੋਲਾ ਤੇਰੇ ਜਾਂਦਿਆਂ ਨੂੰ, ਤੂੰ ਇੰਨਾ ਕੰਮ ਸਿੱਖੀ ਨਹੀਂ। ਬਈ ਮੈਨੂੰ ਨਹੀਂ ਪਤਾ ਹੈਗਾ ਮੰਮੀ, ਮੈਨੂੰ ਤਾਂ ਇੰਨੀ ਭੁੱਖ ਲੱਗੀ ਪਈ ਹੈ, ਜਾ ਐਂ ਕਰ ਰੋਟੀ ਪਕਾ ਦੇ। ਅੱਜ ਨਹੀਂ ਮੈਥੋਂ ਬਣਦੀ, ਅੱਜ ਤਾਂ ਮੇਰੀ ਬੇਵਾਹ ਹੋ ਰਹੀ ਹੈਗੀ। ਭੁੱਖੇ ਮਾਰੇਂਗੀ ਸਾਰੇ ਟੱਬਰ ਨੂੰ। ਹਾਏ ਨਹੀਂ ਤੂੰ ਤਾਂ ਹੱਦ ਟਪਾ ਰੱਖੀ ਆ, ਮੈਥੋਂ ਬੈਠੀ ਨਹੀਂ ਜਾਂਦਾ। ਹੱਦ ਕੀ ਟਪਾਈ ਹੈ, ਮੈਨੂੰ ਤਾਂ ਭੁੱਖ ਲੱਗੀ ਪਈ ਸੀ, ਆ ਬੈਠੀ ਤਾਂ ਹੈਗੀ ਹੈ, ਪਕਾ ਦੇ। ਬੈਠ ਕੇ ਪਕਾ ਲਾ ਚੁੱਲ੍ਹੇ ਤੇ, ਅੱਗ ਮੈਂ ਮਚਾ ਦਿੰਦੀ ਆ ਹੌਲੀ ਹੌਲੀ, ਜੇ ਮਚਾ ਦੂੰ ਅੱਗ ਤਾਂ ਮੈਂ ਲਾ ਲਾ। ਨਾਲੇ ਮੈਨੂੰ ਖਿਚੜੀ ਬਣਾ ਕੇ ਦੇ ਦੇ। ਖਿਚੜੀ? ਜਦੋਂ ਮੈਨੂੰ ਚਾਹ ਨਹੀਂ ਬਣਾਉਣੀ ਆਉਂਦੀ ਨੀ, ਮੈਂ ਖਿਚੜੀ ਕਿੱਥੇ ਬਣਾ ਦੂੰਗੀ? ਤੇਰਾ ਬਾਪੂ ਆਊਗਾ ਖੇਤੋਂ ਭੁੱਖਾ, ਆਈ ਜਾਵੇ ਫਿਰ ਬਈ ਉਹ ਬਣਾ ਆਊਗਾ ਆਪੇ। ਉਹ ਵਿਚਾਰਾ ਕਿੱਥੋਂ ਬਣਾ ਲੂ, ਮੈਂ ਤਾਂ ਬਿਮਾਰ ਹਾਂ। ਮੈਨੂੰ ਨੀ ਆਉਂਦੀ ਹੈਗੀ ਫਿਰ ਰੋਟੀ, ਕਿੱਥੇ ਆਉਂਦੀ ਹੈ ਮੈਨੂੰ ਬਣਾਉਣੀ? ਨਹੀਂ ਜਦੋਂ ਮੈਨੂੰ ਚਾਹ ਨਹੀਂ ਆਉਂਦੀ ਬਣਾਉਣੀ, ਮੈਂ ਰੋਟੀ ਕਿੱਥੇ ਬਣਾ ਦੂੰ ਜਾਂ ਖਿਚੜੀ ਕਿੱਥੇ ਬਣਾ ਦੂੰਗੀ? ਜਦੋਂ ਤੂੰ ਸਾਰਾ ਕੰਮ ਸਿੱਖ ਜਾਂਦੀ ਫੇਰ ਕਰਾ ਲੈਂਦੀ ਵਿਆਹ, ਫਿਰ ਉਹਨੂੰ ਪਤਾ ਨਹੀਂ ਸੀ ਫਿਰ ਉਹ ਤਾਂ ਮੈਂ ਕੰਮ ਕਰਨਾ। ਨੀ ਤੂੰ ਪੁੱਛ ਕੇ ਉਹ ਕਰਨਾ ਸੀ ਫਿਰ, ਮੈਨੂੰ ਲਾ ਕੇ ਦੇਖ ਲੈਂਦੀ ਕੰਮ। ਮੈਨੂੰ ਕੀ ਪਤਾ ਉੱਜੜੀ ਉੱਕੜੀ ਚ ਕੁਛ ਵੀ ਨੀ ਜਾਣਦੀ। ਮੈਨੂੰ ਨੀ ਆਉਂਦਾ। ਨਹੀਂ ਗੱਲ ਸੁਣ ਮੇਰੀ, ਸਾਲ ਹੋ ਗਿਆ ਮੈਂ ਤੈਨੂੰ ਕਦੋਂ ਕਿਹਾ ਸੀ ਕੰਮ ਦਾ? ਮੈਂ ਤਾਂ ਨਾ ਘਰ ਅੰਦਰੋਂ ਝਾੜਦੀ ਸੀ, ਉਹਦੇ ਥਕੇਵੇਂ ਦਾ ਮੈਨੂੰ ਬੁਖਾਰ ਹੋ ਗਿਆ। ਮੈਨੂੰ ਕੀ ਪਤਾ ਤੂੰ ਹਰੀ ਬਿਮਾਰੀ ਚ ਵੀ ਨੀ ਕੋਈ ਕੰਮ ਕਰੇਂਗੀ। ਲੈ ਫਿਰ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਕਿਸੇ ਨੂੰ ਲਾ ਕੇ ਉਹ ਕਰ ਲਈ, ਸਫਾਈ ਕਰ ਲਈ, ਤੂੰ ਕਿਹੜਾ ਮੰਨਦੀ ਆ? 100-200 ਦੀ ਗੱਲ ਸੀ ਕਿ ਬਾਲੀ ਦੇਣੇ ਸੀਗੇ, 500-600 ਦੇਣਾ ਸੀ, ਦੇ ਕੇ ਪਰਾਂ ਕਰਾਉਂਦੀ। ਪਹਿਲੀ ਗੱਲ ਤਾਂ ਮੈਨੂੰ ਕੰਮ ਨਹੀਂ ਪਸੰਦ ਆਉਂਦਾ ਕਿਸੇ ਦਾ, ਚੱਜ ਨਾਲ ਕਰਦੀਆਂ ਨੀ। ਨਾਲੇ ਰੱਬ ਨੇ ਆਪਣੇ ਹੱਥ ਕਾਹਦੇ ਵਾਸਤੇ ਦਿੱਤੇ ਆ? ਕੰਮ ਵਾਸਤੇ ਦਿੱਤੇ ਹੈਗੇ, ਨਾਲੇ ਵਾਧੂ ਦੇ ਪੈਸੇ ਖਰਾਬ ਕਰ ਗਏ। ਹੈ ਜੇ ਹੱਦ ਟਪਾਉਣੀ ਆ, ਜੇ ਮੰਮੀ ਕੰਮ ਵਾਸਤੇ ਹੱਥ ਦਿੱਤੇ ਨੇ ਤਾਂ ਰੋਟੀ ਤਾਂ ਪਕਾ ਲੈ, ਹੁਣ ਭੁੱਖੇ ਮਰੀ ਜਾਂਦੇ ਆ। ਜਦੋਂ ਸਫਾਈ ਕਰਦੀ ਹੁਣ ਰੋਟੀ ਵੀ ਪਕਾ ਲੇਂਗੀ ਤੂੰ? ਗੋਲੀ ਦੇ ਦਿੰਦੀ ਆ ਤੈਨੂੰ, ਪਈ ਆ ਮੇਰੇ ਕੋਲ। ਹਾਂ ਮੇਰੇ ਗੋਲੀ ਮਾਰ ਦੇਣੀ, ਗੋਲੀ ਮਾਰ ਮੇਰੇ ਜੇ ਟੀਕਾ ਲਵਾ ਦਿੰਦੀ ਆ ਵੀ ਡਾਕਟਰ ਨੂੰ ਬੁਲਾ ਕੇ। ਤੂੰ ਨਹੀਂ ਲਾਉਂਦੀ ਰੋਟੀ? ਹੈ ਰੋਟੀ ਜਦੋਂ ਮੈਨੂੰ ਆਉਂਦੀ ਨੀ ਮੰਮੀ, ਇੱਕ ਵਾਰੀ ਕਹਾ ਲੈ, ਦੋ ਵਾਰ ਕਹਾ ਲੈ, ਮੈਨੂੰ ਆਉਂਦੀ ਨੀ। ਮੈਂ ਮੁੰਡੇ ਨਾਲ ਗੱਲ ਕਰਦੀ ਆ ਵੀ ਭਾਈ ਇਹ ਕੰਮ ਵਾਸਤੇ ਵਿਆਹੀ ਸੀ, ਇਹਦਾ ਮੂੰਹ ਦੇਖਣ ਵਾਸਤੇ ਨਹੀਂ ਸੀ। ਤੂੰ ਕੀ ਕਰੇਂਗੀ ਮੰਮੀ? ਮੈਂ ਹੀ ਕਰਦੀ ਆ ਗੱਲ ਉਹਦੇ ਨਾਲ ਬਈ, ਮੇਰੇ ਤੋਂ ਤਾਂ ਕੰਮ ਹੁੰਦਾ ਨੀ ਮੰਮੀ, ਤਾਂ ਪਈ ਆ ਮੌਜਾਂ ਨਾਲ ਕਰਦੀ। ਕਰ ਮਿੰਟ ਮਾਰ ਕਰ ਗੱਲ ਉਹਦੇ ਨਾਲ, ਕਰਨੀ ਪਊਗੀ ਤਾਂ ਪਈਆਂ ਭੁੱਖੇ ਮਾਰ ਲੈਣ ਝੜ ਚੰਬ ਕਰੂਗਾ। ਕਿੱਥੇ ਰੋਡੀ ਲੱਗੀ ਆ? ਰੋਡੀ ਮੈਂ ਲੱਗੀ ਆ। ਅੱਛਾ ਮਰ ਗਿਆ ਵਿਚੋਲਾ, ਉਦੋਂ ਦੇਖਣਾ ਸੀ ਫਿਰ ਤੁਸੀਂ ਨੇ। ਮੈਨੂੰ ਕਿ ਤਾਂ ਤੂੰ ਇੰਨੀ ਨਕੰਮੀ ਆ, ਨਕੰਮੀ ਨਕੁੰਮੀ ਕੋਈ ਨਹੀਂ ਸੀ ਵੀ ਥੋੜਾ ਵਾਲਾ ਕੰਮ ਇਹਨੂੰ ਘੱਟ ਆਉਂਦਾ। ਮੈਂ ਕਿ ਚਲੋ ਮੈਂ ਤੈਨੂੰ ਕਹੀ ਜਾਂਦੀ ਆ ਮੰਮੀ, ਸਾਲ 2 ਸਾਲਾਂ 'ਚ ਹੌਲੀ ਹੌਲੀ ਸਿੱਖ ਜੂੰਗੀ ਪਈ। ਨਿੱਕੀ ਬਾਰੇ ਜਣੇ ਆ ਮੈਨੂੰ ਸਿਖਾ ਦੇ ਯਾਰ, ਮਾੜਾ ਮੋਟਾ ਮੈਂ ਆ, ਤੂੰ ਤਾਂ ਖਾਣ ਵਾਲੀਆਂ ਦੋ ਜਣੇ ਅਸੀਂ ਦੇ ਖਾਣ ਵਾਲੀਆਂ ਕਿ ਹਾਂ ਖਾ ਖਾ ਕੇ ਤੂੰ ਐ ਹੋ ਰਹੀ ਹੈਗੀ। ਅੱਜ ਤਾਂ ਲਾ ਦੇ ਫਿਰ, ਨਾ ਮੈਂ ਹੌਲੀ ਹੌਲੀ ਸਿੱਖ ਜੂੰਗੀ। ਮੈਂ ਤਾਂ ਲਾਉਂਦੀ ਨਹੀਂ ਕਿ ਮੈਂ ਉਹਨੂੰ ਕਹਿ ਦੂੰਗੀ ਪੱਤਰ ਤੇ ਲਕੀਰ ਰਹੇ ਤੇਰੀ। ਹਾਂ ਭੁੱਖੀ ਤੂੰ ਵੀ ਮਰੇਂਗੇ ਸਾਨੂੰ ਵੀ ਮਾਰੇਂਗੀ ਨਾਲ। ਉਹ ਗੁਰਦੁਆਰੇ ਬਗ ਜੂ ਮੰਡਾ ਰੋਟੀ ਲਿਆ ਦੂਗਾ, ਕੋਈ ਗੱਲ ਨਹੀਂ। ਤੂੰ ਫਿਰ ਪੌਂਕਦੀ ਪੌਂਕਦੀ ਮੈਂ ਕਿਉਂ ਫਿਰ? ਹਾਂ ਨਹੀਂ ਉਹ ਵੀ ਡਾਬ ਸਿੱਖੂਗੀ, ਅੱਧਾ ਮੈਂ ਤਾਂ ਯੂਟਿਊਬ ਤੋਂ ਸਿੱਖ ਲੂੰਗੀ ਦੇਖ ਦੂਖ ਕੇ। ਮੈਂ ਤਾਂ ਇਹਨੂੰ ਨੀ ਲਾ ਕੇ ਦਿੰਦੀ, ਮੈਂ ਤਾਂ ਆਪਦੀਆਂ ਲਾ ਕੇ ਖਾ ਲਿਆ ਕਰੂੰਗੀ ਫਿਰ।
ਸਿੱਖ ਲੈ ਆਹੋ ਕਹਿੰਦੀ ਕਿਹਨੂੰ ਹੈ ਕਿਹਨੂੰ ਸੁਣਾਉਣੀ ਹੈ ਇੱਥੇ ਤੈਨੂੰ ਸੁਣਾਉਣੀ ਹੋਰ ਕੌਣ ਹੈ ਨਹੀਂ ਕਿਹਾ ਮੇਰੇ ਨਾਲ ਮੱਥਾ ਮਾਰਿਆ ਮੇਰਾ ਸਿਰ ਪਹਿਲੇ ਦੁਖੀ ਜਾਂਦਾ ਤੂੰ ਵਗ ਜਾ ਮੇਰੇ ਕੋਲੋਂ ਮੈਂ ਤਾਂ ਠੱਕੀ ਵਗ ਜਾਂਦੀ ਆ ਪੈ ਜਾ ਹਾਂ YouTube ਤੋਂ ਸਿੱਖ ਲੂੰਗੀ ਦੇਖ ਕੇ ਬਣਾ ਕੇ ਖਾ ਲਿਆ ਕਰੂੰਗੀ ਹਾਂ YouTube ਤੋਂ YouTube ਤੋਂ ਅੱਛਾ ਬਣਾ ਕੇ ਖਾ ਲਿਆ ਕਰੂੰਗੀ ਵਧੀਆ ਹਾਂ ਤੂੰ ਮਰੀ ਜਾ ਭੁੱਖੀ ਆ ਬੋਲਣ ਬਾਬੀ YouTube ਤੇ ਸਿੱਖੀ ਆ ਜਿਹੜੀ ਜੇਬ ਚ ਲਾਉਂਦੀਆਂ ਐ ਲੈ ਉਹਨਾਂ ਨੂੰ ਲਾਉਂਦੀ ਆ ਫੋਨ ਹੈਲੋ ਕਿਵੇਂ ਹੋ ਜੀ ਠੀਕ ਹੋ ਮੈਂ ਤਾਂ ਐਂ ਕਹਿੰਦੀ ਸੀ ਉਹ ਤੁਹਾਡੀ ਮਾਂ ਜੀ ਮੇਰੇ ਨਾਲ ਅੱਡਾ ਲਾਈ ਬੈਠੀ ਹੈ ਕੰਮ ਹੀ ਨਹੀਂ ਕਰਦੀ ਹੈਗੀ ਬਿਮਾਰ ਦਾ ਬਹਾਨਾ ਲਾ ਕੇ ਉਹ ਪਈ ਹੈ ਲੈ ਮੌਜਾਂ ਨਾਲ ਰੋਟੀ ਨਹੀਂ ਲਾ ਕੇ ਦਿੰਦੀ ਹੈਗੀ ਕੀ ਲੈ ਤੁਸੀਂ ਵੀ ਮੇਰੇ ਮਾਂ ਗਰ ਪੈ ਗਏ ਬਿਮਾਰ ਹੈ ਕਿ ਕੋਈ ਬਿਮਾਰ ਬਮੂਰ ਨਹੀਂ ਹੈਗੀ ਉਹ ਜਾਣ ਕੇ ਲੱਛਣ ਕਰਦੀ ਹੈ ਬਈ ਮੈਂ ਤਾਂ ਰਹਿੰਦੀ ਨਹੀਂ ਹੈਗੀ ਮੈਂ ਤਦ ਪੇਕੇ ਜਾਂਦੀ ਹਾਂ ਫਿਰ ਜਦੋਂ ਰੋਟੀ ਨਹੀਂ ਲਾ ਕੇ ਦਿੰਦੀ ਹੈਗੀ ਵੀ ਮੈਂ ਕਿਹਾ ਮੈਂ ਹੌਲੀ ਹੌਲੀ ਸਿੱਖ ਜੂੰਗੀ ਗੱਲੇ ਨਹੀਂ ਮੰਨਦੀ ਹੈਗੀ ਹੁਣ ਮੈਨੂੰ ਰੋਟੀ ਨਹੀਂ ਲਾਉਣੀ ਆਉਂਦੀ ਚਾਹ ਨਹੀਂ ਕਰਨੀ ਆਉਂਦੀ ਦੱਸ ਮੈਂ ਕੀ ਕਰਾਂ ਹੁਣ ਦਿੰਦੀ ਨਹੀਂ ਹੈਗੀ ਰੋਟੀ ਲਾ ਕੇ ਉਹ ਪਈ ਹੈ ਕਹਿੰਦੀ ਮੈਂ ਤਾਂ ਬਿਮਾਰ ਹੋ ਰਹੀ ਹਾਂ ਲਾ ਲਾ ਆਪਦੀ ਮੈਨੂੰ ਨਹੀਂ ਪਤਾ ਹੈਗਾ ਮੈਥੋਂ ਨਹੀਂ ਝੱਲਿਆ ਜਾਂਦਾ ਦੇਖ ਭਾਈ ਰੋਜ਼ ਦਾ ਕੰਜਰ ਕਲੇਸ਼ ਮੈਂ ਤਾਂ ਅੱਧ ਪੇਕੇ ਜਾਂਦੀ ਹਾਂ ਹਾਂ ਜਾਂ ਤਾਂ ਸਮਝਾ ਲੈ ਉਹਨੂੰ ਤੂੰ ਲਾਈ ਉਹਨੂੰ ਫੋਨ ਆਈ ਨਹੀਂ ਸਮਝਦੀ ਉਹ ਨਹੀਂ ਮੈਂ ਤਾਂ ਅੱਧ ਪੇਕੇ ਵਗ ਜੂੰਗੀ ਫਿਰ ਮੈਨੂੰ ਨਹੀਂ ਪਤਾ ਹੈਗਾ ਮੈਥੋਂ ਨਹੀਂ ਝੱਲਿਆ ਜਾਂਦਾ ਇੰਨਾ ਕੰਜਰ ਕਲੇਸ਼ ਜਦੋਂ ਮੈਨੂੰ ਹੁਣ ਕੁਛ ਬਣਾਉਣਾ ਹੀ ਨਹੀਂ ਆਉਂਦਾ ਹੈਗਾ ਦੱਸ ਮੈਂ ਤਾਂ ਭੁੱਖੀ ਮਰੀ ਜਾਂਦੀ ਹਾਂ ਆਪ ਕਹਿੰਦੀ ਮੈਂ ਗੁਰਦੁਆਰੇ ਖਾਊਂਗੀ ਰੋਟੀ ਦੇਖ ਲਓ ਜੇ ਤਾਂ ਕਰਨਾ ਨੂੰ ਫੋਨ ਕਰਕੇ ਸਮਝਾ ਦਿਓ ਨਹੀਂ ਮੈਂ ਤਾਂ ਆਪਦੇ ਪੇਕੇ ਜਾਊਂਗੀ ਹੁਣ ਹਾਂ ਚੰਗਾ ਫਿਰ ਠੀਕ ਹੈ ਜੀ ਸਮਝਾ ਦਿਓ ਮਾੜਾ ਜਿਹਾ ਫੋਨ ਕਰਕੇ ਉਹਨੂੰ ਇੱਕੋ ਜਿਹੇ ਹੋ ਰਹੇ ਨੇ ਸਾਰੇ ਲੈ ਉਹ ਵੀ ਉੱਥੇ ਦੀ ਮੇਰ ਲਈ ਜਾਂਦਾ ਅੱਗੇ ਬਿਮਾਰ ਹੈਗੀ ਉਹ ਕਿੱਥੋਂ ਰੋਟੀ ਪਕਾ ਕੇ ਦੇ ਦੂਗੀ ਨਾ ਮੈਂ ਉਹਦੇ ਪਿੱਛੇ ਭੁੱਖੀ ਮਰੀ ਆਵਾਂ ਹੁਣ ਲੈ ਦੱਸ ਹੁਣ ਕੀ ਕਰਾਂ ਆਹ ਬੈਠੀ ਹਾਂ ਮੈਂ ਤਾਂ ਭੁੱਖੀ ਪਾਣੀ ਹੈਲੋ ਹਾਂ ਉਹ ਜੱਸੀ ਨਹੀਂ ਦੇਖਦੀ ਕਿਤੇ ਸਾਰੇ ਦੇਖ ਆਇਆ ਮੈਂ ਦਰਵਾਜ ਬੂਜ ਮਾਰੀ ਆ ਮੈਨੂੰ ਚੜ ਗਿਆ ਬੁਖਾਰ ਹੈ ਮਾਂ ਨੂੰ ਆਖਿਆ ਹਾਂ ਤੈਨੂੰ ਤਾਂ ਬੁਖਾਰ ਬਹੁਤ ਹੋਇਆ ਪਿਆ ਫਿਰ ਦਵਾਈ ਦਵੂਈ ਲੈਣੀ ਸੀ ਕੋਈ ਮੈਂ ਕਿਹਾ ਮੈਨੂੰ ਖਿਚੜੀ ਬਣਾ ਦੇ ਤੇਰੇ ਬਾਪੂ ਵਾਸਤੇ ਰੋਟੀਆਂ ਲਾ ਦੇ ਕਹਿੰਦੀ ਮੈਥੋਂ ਨਹੀਂ ਹੁੰਦਾ ਕੰਮ ਮਹਾਂ ਚੰਗਾ ਮੈਂ ਮੁੰਡੇ ਨੂੰ ਫੋਨ ਲਾਉਂਦੀ ਹਾਂ ਕਹਿੰਦੀ ਤੂੰ ਕੀ ਲਾਉਂਦੀ ਹਾਂ ਮੈਂ ਲਾਉਂਦੀ ਹਾਂ ਮੁੰਡੇ ਨਾਲ ਪਤਾ ਨਹੀਂ ਕੀ ਗੱਲ ਕੀਤੀ ਕੀ ਨਾ ਕੀਤੀ ਆ ਪੇਕੇ ਭੱਜ ਗਈ ਪੇਕੇ ਭੱਜ ਗਈ ਪੇਕੇ ਭੱਜ ਗਈ ਉਹ ਤਾਂ ਫਿਰ ਤੂੰ ਰੋਕਣਾ ਸੀ ਯਾਰ ਤੂੰ ਰੋਕ ਨਹੀਂ ਸਕੀ ਮੇਰੇ ਕਿੱਥੇ ਮੈਂ ਤਾਂ ਬਹੁਤ ਪੁੱਠਾ ਬੋਲ ਕੇ ਗਈ ਆ ਦੱਸ ਮੈਂ ਕੀ ਕਰਾਂ ਦਿਮਾਗ ਖਰਾਬ ਆ ਸਹੁਰੀ ਦਾ ਵੀ ਦੱਸ ਤੂੰ ਢਿੱਲ ਮੱਠਦਾ ਦੇਖ ਲੈ ਘਰੇ ਮੁੰਡਾ ਬਾਹਰ ਰਹਿੰਦਾ ਵੀ ਚੱਲ ਆਪਾਂ ਨੂੰ ਇੱਥੇ ਸੁੱਖ ਹੋ ਜਾਊਗਾ ਹਨਾ ਤੇ ਇਹ ਤਾਂ ਉਦੋਂ ਵੀ ਦੁੱਖ ਹੋ ਗਿਆ ਹੁਣ ਕਰਗੇ ਤਾਂ ਕਰਗੇ ਕੀ ਕਰਨਾ ਸੀ ਹੁਣ ਮਾੜੇ ਲੇਖ ਲਿਖੇ ਹੋਏ ਆ ਚੱਲ ਕੋਈ ਨਾ ਮੈਂ ਦਵਾਈ ਦਵੂਈ ਲੈ ਚੱਲ ਮੈਂ ਡਾਕਟਰ ਨੂੰ ਬੁਲਾਉਣਾਗਾ ਚੰਗਾ ਹੋਰ ਫਿਰ ਹੁਣ ਐ ਤਾਂ ਨਹੀਂ ਸਰਦਾ ਬਾਕੀ ਉਹਨੂੰ ਪੁੱਛ ਲਾ ਫੋਨ ਫਾਨ ਕਰਕੇ ਵੀ ਕਿੱਥੇ ਆ ਕਿੱਥੇ ਨਾ ਆਪ ਹੀ ਪੁੱਛ ਲਾ ਮੈਂ ਕੀ ਕਰਾਂ ਗਈ ਕਾਤੇ ਬਸ ਤੇ ਗਈ ਹੈ ਪਤਾ ਹੀ ਨਹੀਂ ਕਾਤੇ ਗਈ ਹੈ ਕਾਤੇ ਨਾ ਗਏ ਕਿਰਾ ਨਿਕਲ ਗਈ ਲੋ ਪੀਤਾ ਕੁੜੀ ਜੀ ਨੇ ਹੋਰ ਮੂੰਹ ਆਈ ਮੈਂ ਕਰਦਾ ਉਹਨੂੰ ਫੋਨ ਮੁੰਡੇ ਨੂੰ ਵੀ ਭਾਈ ਦੇ 10 ਦੀ ਪਹੁੰਚ ਗਈ ਜਦੋਂ ਇੱਥੇ ਤਾਂ ਕਮਲੀ ਹੈਗੀ ਹੈ ਜਿਹੇ ਜੀ ਹੈਗੀ ਆ ਕਰ ਲੈ ਮੈਂ ਤਾਂ ਬੋਲਿਆ ਨਹੀਂ ਜਾਂਦਾ ਮੈਂ ਤਾਂ ਚੁੱਪ ਕਰਕੇ ਬਹਿ ਗਈ ਚੱਲ ਪੈ ਜਾ ਤੂੰ ਮੈਂ ਬੁਲਾਉਣਾ ਡਾਕਟਰ ਨੂੰ ਦਵਾਉਣਾ ਦਵਾਈ ਦਵੂਈ ਤੈਨੂੰ ਭਾਬੀ ਜੱਸੀ
ਠੀਕ ਹੈ। ਤੂੰ ਕਿਵੇਂ ਆ ਗਈ ਖੈਰ ਸੁੱਖੇ? ਨਾ ਤੂੰ ਫੋਨ ਫੋਨ ਕਰਿਆ। ਖੈਰ ਸੁੱਖ ਤਾਂ ਕਿਹੜਾ, ਕੀ ਹੋ ਗਿਆ? ਉਹ ਤਾਂ ਮੈਨੂੰ ਇੰਨਾ ਤੰਗ ਕਰਦੀ ਹੈ ਮੰਮੀ ਤਾਂ। ਤੰਗ ਕਰਦੀ ਹੈ? ਲੈ ਹੋਰ, ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਹੈਗਾ ਪਹਿਲਾਂ। ਬੁੱਲੇ, ਉਹ ਤਾਂ ਕਿੰਨੀ ਵਧੀਆ ਸੀ, ਚੰਗੀ ਭਲੀ ਸੀਗੀ, ਹੁਣ ਕਦੋਂ ਤੰਗ ਲੱਗ ਗਈ? ਵਧੀਆ ਵਧੀਆ ਕੋਈ ਨਹੀਂ ਹੈਗੀ, ਤੈਨੂੰ ਪਤਾ ਤਾਂ ਹੈਗਾ ਭਾਬੀ ਮੈਂ ਕਿੱਦੇ ਕੰਮ ਕਰਿਆ ਸੀ ਉਰੇ, ਫੇਰ ਵੀ ਉਹ ਤਾਂ ਸਾਰਾ ਕੰਮ ਕਰਦੀ ਆ ਔਖੀ ਸੌਖੀ। ਚੱਲ ਮੈਂ ਕਰ ਵੀ ਦਿੰਦੀ ਹਾਂ ਕੰਮ, ਫੇਰ ਵੀ ਨੀ ਮੈਂ ਕਹਿੰਦੀ ਹੈਗੀ ਵੀ ਮੈਂ ਕੰਮ ਕਰਦੀ ਹਾਂ ਭਾਈ, ਉਹਨੂੰ ਕਹੋ ਚੰਗ ਗੱਡੀ ਜਾਊਗੀ ਕੰਮ 'ਚ। ਲੈ, ਇਹ ਤਾਂ ਉਹਦੀ ਗੱਲ ਮਾੜੀ ਹੈ, ਇਹ ਤਾਂ ਮੈਨੂੰ ਪਹਿਲੀ ਗਿਆ ਸੀ ਵੀ ਮਾਸੀ ਜੀ ਜੱਸੀ ਨੂੰ ਕੰਮ ਨੀ ਆਉਂਦੇ, ਹੌਲੀ ਹੌਲੀ ਇੱਥੇ ਸਿੱਖ ਲੂਗੀ, ਹੁਣ ਜੇ ਸਿੱਖੀ ਜਾਂਦੀ ਹੈ ਫੇਰ ਉਹਨੂੰ ਕੀ ਦਿੱਕਤ ਹੈਗੀ? ਮੈਨੂੰ ਨੀ ਪਤਾ ਉਹਨੂੰ ਕੀ ਦਿੱਕਤ ਹੈ, ਕੰਮਾਂ 'ਚ ਨੂੰ ਕਹੋ ਚੰਗ ਗੱਡੀ ਜਾਊਗੀ। ਹੁਣ ਤਾਂ ਸਿਰੋਂ ਤੁਹਾਨੂੰ ਪਾਣੀ ਲੰਘ ਗਿਆ, ਮੈਂ ਕਿਹਾ ਮੈਂ ਤਾਂ ਜਾਂਦੀ ਹਾਂ ਆਪਦੇ ਪੇਕੇ, ਤੂੰ ਹੀ ਰਹਿ ਲੈ ਇਕੱਲੀ ਉਰੇ। ਜੱਸੀ ਤੂੰ ਐਵੇਂ ਨਹੀਂ ਸੀ ਆਉਣਾ। ਹੋਰ ਮੈਂ ਕੀ ਕਰਦੀ, ਮੈਂ ਕੀ ਕਰਨਾ ਉੱਥੇ ਰਹਿ ਕੇ ਜਦੋਂ ਮੇਰਾ ਕੋਈ ਹੈ ਹੀ ਨਹੀਂ ਉੱਥੇ। ਮੈਂ ਨਹੀਂ ਕਹਿੰਦੀ, ਤੇਰਾ ਘਰ ਹੈ ਤੂੰ ਜੀ ਸੱਦ ਕੇ ਆ, ਪਰ ਤੂੰ ਇੱਕ ਵਾਰੀ ਨਾ ਪਿਆਰ ਨਾਲ ਗੱਲ ਕਰਨੀ ਸੀ। ਪਿਆਰ ਨਾਲ ਕੀ ਗੱਲ ਕਰਾਂ, ਕਦੇ ਕੋਈ ਕੰਮ ਨੂੰ ਕਹਿ ਦਿੰਦੀ ਹੈ, ਤੈਨੂੰ ਪਤਾ ਤਾਂ ਹੈਗਾ ਭਾਬੀ ਮੇਰੇ ਤੋਂ ਇੰਨੇ ਕੰਮ ਕਿੱਥੇ ਹੁੰਦੇ ਨੇ। ਕੰਮ ਤਾਂ ਨਹੀਂ ਹੁੰਦੇ, ਐਵੇਂ ਰੁੱਸ ਕੇ ਨਹੀਂ ਆਈਦਾ ਹੁੰਦਾ ਬੋਲੀਏ, ਐਵੇਂ ਤੈਨੂੰ ਪਤਾ ਐਵੇਂ ਰਿਸ਼ਤੇ ਥੋੜ੍ਹੀ ਚੱਲਦੇ ਹੁੰਦੇ ਨੇਗੇ। ਟਿਕਦੀ ਨਹੀਂ ਸੀ, ਮੈਂ ਕਿਹਾ ਤੂੰ ਹੀ ਰਹਿ ਲੈ ਇਕੱਲੀ, ਫਿਰ ਮੈਂ ਕੀ ਕਰਦੀ, ਉੱਥੇ ਕਿਹੜਾ ਹੈ ਮੇਰਾ, ਕੋਈ ਨਹੀਂ ਹੈਗਾ। ਤਾਂ ਮਾਸੀ ਜੀ ਨੇ ਹੱਦੇ ਕਰਤੀ, ਲੈ ਮੈਨੂੰ ਤਾਂ ਉਹਨਾਂ ਤੋਂ ਇਹ ਉਮੀਦ ਹੀ ਨਹੀਂ ਸੀ ਵੀ ਇਹ ਕੁਛ ਕਰਨਗੇ ਉਹ। ਪਹਿਲਾਂ ਤਾਂ ਮੈਂ ਵੀ ਚੁੱਪ ਕਰਕੇ ਸਹੀ ਜਾਂਦੀ ਸੀ ਭਾਬੀ, ਮਾਂ ਚਾਰ ਮਾਸੜ ਜੀ ਨਹੀਂ ਬੋਲੇ ਕੁਛ, ਉਹ ਵੀ ਨਾਲੇ ਲੱਗ ਜਾਂਦੇ ਨੇ ਦੇਖਣ ਨੂੰ, ਤਾਂ ਮੈਨੂੰ ਵਧੀਆ ਲੱਗਦੇ ਸੀ ਉਹ। ਫਿਰ ਮੇਰਾ ਕੌਣ ਆ ਉੱਥੇ, ਮੈਂ ਕਿਹਾ ਮੈਂ ਤਾਂ ਜਾਣੀ ਆ ਉਹਦੇ ਪੇਕੇ। ਕੋਈ ਨਾ ਤੂੰ ਟੈਨਸ਼ਨ ਨਾ ਲੈ, ਭਾਬੀ ਸਾਰੇ ਵਧੀਆ ਲੱਗਦੇ ਹੁੰਦੇ ਨੇ, ਜਿਹੜਾ ਨਾਲ ਰਹੇ ਉਹਨਾਂ ਨੂੰ ਪਤਾ ਹੁੰਦਾ। ਮੈਂ ਆਪੇ ਗੱਲ ਕਰੂੰਗੀ ਉਹਨਾਂ ਨਾਲ, ਐਵੇਂ ਥੋੜੀ ਤੇਰੇ ਨਾਲ ਧੱਕਾ ਹੋਣ ਦਊਂਗੀ ਮੈਂ ਵੀ। ਬਾਈ ਤੁਹਾਡੀ ਕੁੜੀ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ? ਹਾਂ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ, ਠੀਕ ਹੋ? ਹਾਂ ਵਧੀਆ। ਪਾਣੀ ਪੂਣੀ ਦੇ ਕਦੋਂ ਕਰੀ ਰਹੇ ਸੀ? ਹੁਣੀ ਆ ਕੇ ਬੈਠੀ ਹੈ। ਬੜੀ ਆਈ ਸੀ ਬਾਈ। ਅੱਛਾ ਹਾਂ, ਪਾਣੀ ਲਿਆ ਕੇ ਦੇਵਾਂ? ਪਾਣੀ ਲਿਆ ਦੇ ਚੱਲ, ਵਧੀਆ ਨਹੀਂ ਹੈਗੀ ਤਾਂ ਹੀ ਆਈ ਆ। ਕਿਉਂ, ਕੀ ਹੋ ਗਿਆ? ਤੰਗ ਕਰਦੇ ਨੇ, ਤੈਨੂੰ ਪਤਾ ਤਾਂ ਹੈਗਾ ਬਾਈ ਮੈਂ ਕਿੰਨਾ ਕੰਮ ਕਰਦੀ ਸੀ ਉਰੇ, ਉੱਥੇ ਫੇਰ ਵੀ ਮੈਂ ਕਰ ਲੈਂਦੀ ਸੀ। ਨਗੋਚਾ ਕੱਢੀ ਜਾਂਦੇ ਆ ਦੋਨੇ ਜੀ, ਡੈਡੀ ਵੀ ਮੰਮੀ ਵੀ ਟਿਕਣੇ ਨਹੀਂ ਦਿੰਦੇ ਸੀ। ਮੈਂ ਕਿਹਾ ਮੈਂ ਤਾਂ ਜਾਂਦੀ ਹਾਂ ਆਪਦੇ ਪੇਕੇ, ਫਿਰ ਤੁਸੀਂ ਰਹੋ ਇਕੱਲੇ ਜਾਣੇ। ਉਹਨੂੰ ਬਾਈ ਨੂੰ ਨਹੀਂ ਫੋਨ ਕਰਿਆ? ਕੀਤਾ ਸੀ, ਉਹ ਵੀ ਆਪਦੀ ਮਾਂ ਦੀ ਮੇਰ ਕਰਾਉਂਦਾ। ਪਾਣੀ ਪੀ ਪਹਿਲਾਂ। ਲੈ, ਆਪਾਂ ਤਾਂ ਕਦੇ ਸੋਚਿਆ ਵੀ ਨਹੀਂ ਇਹੋ ਜਿਹਾ ਕੁਛ ਵੀ ਇਹੋ ਜਿਹਾ ਕੁਛ ਕਰਨਗੇ ਉਹ। ਬੰਦੇ ਤਾਂ ਯਾਰ ਵਧੀਆ ਲੱਗਦੇ ਸੀ, ਦੇਖਣ ਨੂੰ ਵਧੀਆ ਲੱਗਦੇ ਨੇ। ਵਧੀਆ ਲੱਗਦੇ ਨਹੀਂ ਹੈਗੇ, ਦੇਖਣ ਨੂੰ ਸਾਰੇ ਵਧੀਆ ਲੱਗਦੇ ਹੁੰਦੇ ਨੇ। ਜਿਹੜਾ ਕੱਟੇ ਉਹ ਗਲਤ ਹੈ ਉਹ। ਜਦੋਂ ਮੈਂ ਮਾਸੀ ਨਾਲ ਪਹਿਲੀ ਗੱਲ ਖੋਲੀ ਸੀ ਵੀ ਬਈ ਸਾਡੀ ਜੱਸੀ ਨੂੰ ਕੋਈ ਕੰਮ ਨਹੀਂ ਆਉਂਦਾ, ਹੌਲੀ ਹੌਲੀ ਇੱਥੇ ਸਿੱਖ ਜੂ, ਇਹ ਕਹਿੰਦੀ ਮੈਂ ਚੰਗਾ ਭਲਾ ਕਰਦੀ ਵੀ ਆ ਕੰਮ, ਪਰ ਕਹਿੰਦੀ ਨਕੋਚਾ ਕੱਢਦੀ ਫਿਰ ਵੀ। ਉਹ ਤਾਂ ਕਹਿੰਦੀ ਤੇਰੀ ਭਾਬੀ ਕਹਿੰਦੀ ਆ ਸਾਰਾ ਕੰਮ ਆਉਂਦਾ ਹੁਣ ਤਾਂ, ਮੈਂ ਹੁਣ ਤਾਂ ਉਹੀ ਕਹਿਤਾ ਹੋਣਾ ਬਈ। ਸਾਰੇ ਸਾਹਮਣੇ ਗੱਲ ਹੋਈ ਸੀ ਜੀ, ਮੈਂ ਕਹੇ ਇਹ ਗੱਲ, ਹੁਣ ਮੈਨੂੰ ਭੱਜ ਭੱਜ ਪੈਂਦੀ ਹੈਗੀ, ਸਾਰਾ ਦਿਨ ਭੱਜ ਭੱਜ ਪਈ ਜਾਊਗੀ, ਮੈਂ ਕਿਵੇਂ ਰਹਾਂ ਉੱਥੇ ਹੁਣ? ਹੁਣ ਤੇਰੇ ਨਾਲ ਲੜਿਆ ਕੌਣ ਹੈ, ਮਾਸੀ ਲੜੀ ਹੈ ਕਿ ਮਾਸੜ? ਹਾਂ ਦੋਨੇ ਜਾਣੇ। ਯਾਰ ਮਾਸੜ ਤਾਂ ਬੰਦਾ ਸਿਆਣਾ ਸੀ, ਉਹ ਤਾਂ ਇਹੀ ਜੀ ਗੱਲ ਕਰ ਨਹੀਂ ਸਕਦਾ, ਪਰ ਜੱਸੀ ਇਹ ਤੇਰੀ ਗਲਤੀ ਹੈ ਜੋ ਅੱਕਾਂ ਵਾਲੀ ਗੱਲ ਕਰੀ ਤੂੰ, ਤਾਂ ਬੈਗ ਚੱਕ ਕੇ ਨਹੀਂ ਰਹਿ ਜੇ ਆਉਣਾ ਸੀ। ਆਉਣਾ ਕਿਉਂ ਨਹੀਂ ਸੀ? ਲੈ ਹੁਣ ਉਹ ਬਿਨਾਂ ਗੱਲ ਤੋਂ ਛਿੱਤਰ ਖਾਈ ਆ ਵੀ ਉਹਨਾਂ ਤੋਂ, ਜਦੋਂ ਗਲਤੀ ਨਹੀਂ ਹੈਗੀ ਬਈ ਕੋਈ, ਜਦੋਂ ਆਪਣੀ ਕੁੜੀ 'ਚ ਖੋਟ ਹੀ ਨਹੀਂ, ਬਿਨਾਂ ਗੱਲ ਤੋਂ ਥੋੜ੍ਹੀ ਸੁਣੀ ਹੋਊਗੀ ਉਹਨਾਂ ਤੋਂ। ਗੱਲ ਖੋਟ ਦੀ ਨਹੀਂ ਹੈਗੀ ਪ੍ਰੀਤ, ਗੱਲ ਹੈਗੀ ਹੈ ਵੀ ਜਵਾਕਾਂ ਵਾਲੀ ਗੱਲ ਕਰੀ ਉਹਨੇ, ਫੋਨ ਕਰ ਲੈਂਦੀ ਉਹ, ਬੈਗ ਚੱਕ ਕੇ ਭੱਜਣ ਦੀ ਕੀ ਲੋੜ ਸੀ? ਫੋਨ ਕਰਕੇ ਕੀ ਹੋ ਜਾਂਦਾ ਫਿਰ? ਫੋਨ ਕਰਕੇ ਕੀ ਹੋ ਜਾਂਦਾ? ਮੇਰੀ ਗੱਲ ਸੁਣੋ, ਉਧਰੋਂ ਤਾਂ ਮਾਸੀ ਮਾਸੜ ਲੜੇ ਇਹਦੇ ਨਾਲ,
ਉੱਪਰੋਂ ਇਹਨੇ ਆਪਦੇ ਘਰ ਵਾਲੇ ਨੂੰ ਫੋਨ ਕਰਿਆ, ਉਹ ਵੀ ਕਹਿੰਦੀ ਉਹਨਾਂ ਦੀ ਮੇਰ ਕਰਾਉਂਦਾ ਦੀ, ਫਿਰ ਅਗਲੀ ਕੀ ਕਰਦੀ? ਉਸੇ ਨੂੰ ਕਰਦਾ ਫੋਨ, ਖੜ ਜਾ ਇੱਕ ਮਿੰਟ। ਆਹੋ ਕਰੋ ਉਹਦੇ ਨਾਲ ਗੱਲ ਵੀ ਇਹ ਜਿਹਾ ਹੁਣ ਤੁਹਾਨੂੰ ਕੀ ਹੋ ਗਿਆ। ਜਾਈ ਜਾਂਦੀ ਹੈ, ਪਹਿਲੇ ਚੱਕ ਲੂਗਾ? ਚੱਕੂਗਾ ਜੀ। ਹੈਲੋ, ਹਾਂ ਬਾਈ ਸਤਿ ਸ਼੍ਰੀ ਅਕਾਲ। ਹਾਂ ਵਧੀਆ ਵਧੀਆ, ਤੂੰ ਦੱਸ ਠੀਕ ਹੈ? ਬਾਈ ਬਾਹਲੀ ਚੰਗੀ ਗੱਲ ਨਹੀਂ ਹੈਗੀ, ਤੁਸੀਂ ਕੁੜੀ ਨੂੰ ਤੰਗ ਕਰਦੇ ਹੋ ਬਾਈ, ਹੈਂ। ਹਾਂ ਹਾਂ ਮਾਸੀ ਤੇ ਮਾਸੜ ਨੇ ਕਿਹਾ ਹੋਊ ਇਹਨੂੰ, ਕੰਮ ਕੁੰਮ ਚ ਨਗੋਚਾ ਕੱਢਦੇ ਹੋਣਗੇ, ਮਾਸੀ ਮਾੜਾ ਮੋਟਾ ਬੋਲਦੇ ਹੋਣਗੇ। ਚੱਲ ਜਵਾਕੜੀ ਆ ਯਾਰ ਹੁਣ ਆਏ, ਹੈ ਨਾ, ਮਾੜਾ ਮੋਟਾ ਚੱਲ ਆਏ ਆ ਵੀ ਭਾਈ, ਥੋੜਾ ਮੋਟਾ ਨਾਲ ਲੱਗ ਕੇ ਕੰਮ ਕੁੰਮ ਕਰਾ ਲੇ ਫਿਰ। ਹਾਂ ਅੱਛਾ ਅੱਛਾ, ਨਾ ਫਿਰ ਆਏ ਤਾਂ ਨਹੀਂ ਹੁੰਦਾ ਫਿਰ ਮਾੜਾ ਮੋਟਾ ਤਾਂ। ਅੱਛਾ ਅੱਛਾ, ਚੱਲ ਕੋਈ ਨਾ, ਮੈਨੂੰ ਵਿਹਲਾ ਹੋ ਕੇ ਲਾ ਲਈ ਫਿਰ, ਕੋਈ ਗੱਲ ਨਹੀਂ, ਚੱਲ ਮੈਂ ਪੁੱਛਦਾ ਇਹਨੂੰ। ਹਾਂ ਨਾ ਕੋਈ ਨਹੀਂ, ਚੱਲ ਮੈਂ ਪੁੱਛਦਾ ਐਂ ਤੱਕ। ਹਾਂ ਉਹ ਚੱਲ ਐਂ ਆ ਵੀ ਜਵਾਕੜੀ ਹੈ, ਮਾਸੀ ਦੇ ਮਾਸੜ ਮਾੜਾ ਮੋਟਾ ਉਹ ਕਰ ਲੈਣ, ਹੈ ਨਾ, ਜਲ ਜੇ ਕਈ ਵਾਰੀ ਜਵਾਕ ਤੋਂ ਗਲਤੀ ਵੀ ਹੋ ਜਾਂਦੀ ਹੈ ਬਈ, ਚੱਲ ਕੋਈ ਨਹੀਂ। ਹਾਂ ਠੀਕ ਹੈ, ਓਕੇ। ਕੀ ਕਹਿੰਦਾ ਬਾਈ? ਉਹ ਤਾਂ ਕੁਛ ਹੋਰ ਹੀ ਕਹਿੰਦਾ। ਕੀ ਕਹਿੰਦਾ? ਉਹ ਤਾਂ ਕਹਿੰਦਾ ਕਹਿੰਦਾ ਮੇਰੀ ਮਾਂ ਬਿਮਾਰ ਸੀ, ਕਹਿੰਦਾ ਉਹਨੇ ਕੰਮ ਨੂੰ ਕਹਿਤਾ, ਕਹਿੰਦਾ ਇਹਨੇ ਤੋੜ ਕੇ ਜਵਾਬ ਦੇਤਾ। ਬਿਮਾਰ ਬਮੂਰ ਕੋਈ ਨਹੀਂ ਹੈਗੀ ਸੀ, ਸਿਰ ਤਾਂ ਮੇਰਾ ਦੁਖੀ ਜਾਂਦਾ ਸੀ, ਉਹ ਕਿਹੜੇ ਪਾਸੋਂ ਬਿਮਾਰ ਹੋ ਗਈ? ਬਿਮਾਰ ਤਾਂ ਸਵੇਰ ਦੀ ਮੈਂ ਪਈ ਸੀ। ਨਾਲੇ ਉਹ ਤਾਂ ਮੇਰੀ ਗੱਲ ਸੁਣੋ ਜੀ, ਉਹ ਤਾਂ ਅਗਲਾ ਫਿਰ ਆਪਦੀ ਮਾਂ ਬਾਪ ਦਾ ਹੀ ਪੱਖ ਪੂਰੂਗਾ। ਹਾਂ ਬਗਾਨੀ ਦਾ ਮੈਂ ਵੀ ਕੀਤਾ ਸੀ ਫੋਨ, ਉਸ ਦਾ ਪੱਖ ਪੂਰੀ ਜਾਂਦਾ ਸੀ ਤਾਂ ਹੀ ਆ ਗਈ ਫਿਰ ਮਾਂ ਮੇਰੇ ਕੋਲ। ਉਹ ਕਹਿੰਦਾ ਵੀ ਮੈਂ ਹੁਣ ਕੰਮ ਤੇ ਆ, ਮੈਂ ਵੀ ਆਥਣੇ ਜਾਂ 2-3 ਘੰਟੇ ਹੁਣ ਲਾਉਂ ਫੋਨ। ਤੁਸੀਂ ਉਹਨੂੰ ਐਂ ਕਹਿਣਾ ਸੀ ਵੀ ਮਾਸੀ ਮਾਸੜ ਨੂੰ ਕਹੋ ਵੀ ਉਰੇ ਆਉਣ, ਆਪਾਂ ਮੂੰਹ ਤੇ ਗੱਲ ਕਰਾਂਗੇ, ਫੋਨ ਤੇ ਨਹੀਂ ਮਸਲੇ ਹੱਲ ਹੁੰਦੇ। ਉਹ ਤਾਂ ਬਈ ਸਾਰੇ ਇੱਕ ਪਾਸੇ ਨੇ, ਕੋਈ ਨਾ ਸੂਤ ਤਾਂ ਫਿਰ ਆਪਾਂ ਕਰ ਲਾਂਗੇ ਜੀ, ਬਾਲਾ ਉਹ ਕਰਨਗੇ। ਉਹ ਪ੍ਰੀਤ ਸੂਤ ਕਰਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਇਹ, ਕੋਈ ਗੱਲ ਨਹੀਂ, ਗੱਲ ਟਿਕਾਈ ਨਾਲ ਕਰਾਂਗੇ। ਜੇ ਉਹਨਾਂ ਨੇ ਜੱਸੀ ਨੂੰ ਕੁਝ ਕਿਹਾ ਉਹ ਨੇੜੇ ਨਹੀਂ ਲੱਗਦੇ। ਭਾਬੀ ਮੈਂ ਕਿਹਾ ਸੀ ਮੈਂ ਉੱਥੇ ਕੰਮ ਨਹੀਂ ਕਦੇ ਕੀਤਾ ਹੈਗਾ, ਮੈਂ ਹੌਲੀ ਹੌਲੀ ਸਿੱਖ ਜੂੰਗੀ, ਫਿਰ ਵੀ ਮੈਂ ਕਰੀ ਜਾਂਦੀ ਸੀ, ਕਰਨੇ ਨਹੀਂ ਦਿੰਦੇ ਸੀ। ਆਪਾਂ ਵਿਆਹ ਕਰੇ ਇਹਦਾ ਵੇਚੀ ਥੋੜੀ ਆਪਾਂ, ਵੀ ਜਿਹੜਾ ਕੁਛ ਚਾਹੁਣ ਉਹ ਕਰੀ ਜਾਣਗੇ। ਬਸ ਜੱਸੀ ਗੱਲ ਇੱਕ ਹੈ, ਤੇਰੇ ਚ ਖੋਟ ਨਾ ਨਿਕਲੇ ਕੋਈ ਰਾਜੀ। ਮੇਰੇ ਚ ਕੋਈ ਖੋਟ ਨਹੀਂ ਹੈਗਾ ਬਾਈ, ਪੁੱਛ ਲਿਓ ਚਾਹੇ ਉਹਨਾਂ ਨੂੰ। ਖੋਟ ਨੂੰ ਪਹਿਲਾਂ ਆਪਣੇ ਮੇਰੇ ਨਾਲ ਕਿੰਨਾ ਕੁ ਲੜਦੀ ਤੀ, ਕਿੰਨਾ ਪਿਆਰ ਸੀ ਸਾਡੇ ਦੋਵਾਂ ਜੀਆਂ ਦਾ। ਹੁਣੇ ਕਹਾ ਉਹਨੂੰ ਮਾਸੜ ਹੋਰਾਂ ਨੂੰ, ਹੱਥ ਨੇ ਕਹਿ ਦੂੰ ਜਦੋਂ ਫੋਨ, ਜਦੋਂ ਫੋਨ ਆਊਗਾ ਉਦੋਂ ਕਹਿ ਦੀ ਵੀ ਤੇਰੇ ਮਾਂ ਬਾਪ ਨੂੰ ਕਹਿ ਦੇ ਬਈ ਉਰੇ ਆ ਜਾਣ, ਉਰੇ ਮੂੰਹ ਮੱਥੇ ਲੱਗ ਕੇ ਫਿਰ ਗੱਲ ਕਰਾਂਗੇ। ਚੱਲ ਫੋਨ ਤੇ ਤਾਂ ਗੱਲਾਂ ਵੱਧਦੀਆਂ ਹੁੰਦੀਆਂ, ਤੂੰ ਟੈਨਸ਼ਨ ਨਾ ਲੈ, ਤੇਰਾ ਆਪਦਾ ਘਰ ਹੈ, ਤੂੰ ਇੱਥੇ ਰਹਿ 2-3 ਦਿਨ। ਜੇ 2-3 ਦਿਨ ਕੀ, ਮੈਂ ਤਾਂ ਜਾਂਦੀ ਨਹੀਂ ਉੱਥੇ। ਕੋਈ ਨਹੀਂ, ਜਿੰਨਾ ਚਿਰ ਇਹ ਕਹਿੰਦੀ ਰਹਿ ਲੂਗੀ ਉਰੇ, ਜਦੋਂ ਦਾ ਮਨ ਹੋ ਗਿਆ ਆਪੇ ਵਗ ਜੂ, ਆਪਾਂ ਧੱਕਾ ਨਹੀਂ ਕਰਦੇ ਇਹਦੇ ਨਾਲ। ਓਏ ਐਂ ਥੋੜੀ ਹੁੰਦਾ ਵੀ ਮੈਂ ਤਾਂ ਜਾਂਦੀ ਏ ਨਹੀਂ ਉੱਥੇ। ਵਗ ਜੂਗੀ, ਗੁੱਸਾ ਉਹਦੇ ਅੰਦਰ ਕੋਈ ਨਾ, ਠੰਡਾ ਹੋ ਜੂਗਾ ਹੌਲੀ ਹੌਲੀ। ਰੋਟੀ ਰੂਟੀ ਬਣਾ ਲਓ, ਭੁੱਖ ਲੱਗੀ ਹੋਣੀ ਇਹਨੂੰ। ਹਾਂ ਮੈਂ ਪਹਿਲਾਂ ਚਾਹ ਬਣਾ ਕੇ ਦਿੰਨੀ ਇਹਨੂੰ। ਮੈਂ ਮੜਾ ਜਾਇਆ ਮਾ ਹੈ ਖੇਤ ਗਣੀ, ਮੈਂ ਤਾਂ ਰੋਟੀ ਵੀ ਨਹੀਂ ਖਾਧੀ ਭਾਬੀ। ਤੂੰ ਟੈਨਸ਼ਨ ਨਾ ਲੈ, ਮੈਂ ਬਣਾਉਂਦੀ ਤੇਰੇ ਖਾਤਰ, ਭਿੰਡੀਆਂ ਦੀ ਸਬਜ਼ੀ ਬਣਾਈ ਸੀ ਨਾ, ਤੇਰੀ ਫੇਵਰੇਟ ਹੈਗੀ। ਠੀਕ ਹੈ, ਤੂੰ ਵੀ ਰੈਸਟ ਕਰ ਲੈ, ਅੰਦਰ ਗਰਮੀ ਹੈਗੀ, ਬਾਹਰ ਪੈਨੀ ਆ, ਸਿਰ ਦੁਖੀ ਜਾਂਦਾ ਸੀ ਸਵੇਰ ਦਾ ਮੇਰਾ ਤਾਜਾ। ਆਹੋ ਪੱਖੇ ਥੱਲੇ ਪੈ ਜਾ। ਚੰਗਾ।
ਹਾਏ ਜੇ ਭਾਬੀ ਨੂੰ ਪਤਾ ਲੱਗ ਗਿਆ ਨਾਲੇ ਬਾਈ ਨੂੰ ਕੀ ਕਹਿਣਗੇ। ਚੱਲ ਦੇਖੀ ਜਾਊਗੀ।